ये जी मस्जिद है हमारी, यहाँ से हम सोच रहे हैं कि पानी यहाँ से निकालें और यहाँ पे पौधे लगा के वज़ू वाला जो पानी है उसको हम लेके जाएं पौधों की तरफ, जो कि हम यहाँ पे लगाना चाह रहे हैं। ये वज़ू वाली जगह है, यहाँ पे बिल्कुल करीब ही है, इसके अंदर वाली साइड भी यहीं पे वज़ू वाली जगह है। ये थोड़ा सा फासला है और ये पीसी, यहाँ पे पीसी वाला मुकम्मल रोड है। ये अगर हम साथ साथ लगा दें, यहाँ पे कूड़ा क्रिकेट बहुत ज़्यादा है, गंदगी बहुत ज़्यादा है, तो वो कवर हो जाएगी, थोड़ी खूबसूरती में इजाफा होगा गांव की। एंट्रेंस ये मेन इस पे बात कर रहे हैं सलमान साहब, बताएं जी क्या सुजेशन आप? अच्छा किन्ने लग सकते हैं सलमान इतने टोटल तेरा की अंदाज़ा है? ਤੀਹ ਤੋਂ ਪੈਂਤੀ ਬੂਟੇ ਲੱਗ ਜਾਣ, ਵੱਡੇ ਮੇਨ ਬੂਟੇ 30 ਤੋਂ 35 ਲੱਗ ਸਕਦੇ ਨੇ, ਤੇ ਨਾਲ ਫੈਕਸ ਦੇ ਬੂਟੇ। ਮੇਰਾ ਖਿਆਲ ਹੈ ਕਿ ਇੱਕ ਪੌਦੇ ਤੋਂ ਦੂਸਰੇ ਪੌਦੇ ਦੇ ਦਰਮਿਆਨ ਆਪਾਂ ਰੱਖਿਆ ਸੀ 15 ਫੁੱਟ ਫਾਸਲਾ, ਉਸ ਹਿਸਾਬ ਤੇ ਇਹ ਆ ਜਾਣਗੇ 35 ਬੂਟੇ। 35 ਬੂਟੇ ਤੇ ਨਾਲ ਸੈਂਟਰ ਦੇ ਵਿੱਚ ਅਗਰ 15 ਫੁੱਟ ਰੱਖਨੇ ਆ, ਫਿਰ ਬਾੜ ਬਣਾਉਣ ਵਾਸਤੇ ਆਪਾਂ ਨੂੰ ਸੈਂਟਰ 'ਚ 5-5 ਬੂਟੇ ਲਾਉਣੇ ਪੈਣਗੇ। ਠੀਕ ਹੈ, ਤਕਰੀਬਨ 150 ਬੂਟਾ ਫੈਕਸ ਦਾ ਮਜ਼ੀਦ ਲੱਗ ਸਕਦਾ ਇੱਥੇ ਨਾਲ, ਬਾੜ ਦੇ ਤੌਰ 'ਤੇ ਜਿਹੜਾ ਆਪਾਂ ਇਸਤੇਮਾਲ ਕਰਨਾ। ਠੀਕ ਹੈ, ਅਤੇ ਪਾਣੀ ਵਾਸਤੇ ਕੀ ਸੁਜੈਸ਼ਨ ਦੇ ਰਹੇ ਤੁਸੀਂ? ਪਾਣੀ ਵਾਸਤੇ ਜਿਵੇਂ ਗੰਦੀ ਜਗ੍ਹਾ ਹੈਗੀ, ਇਹ ਪਹਿਲੇ ਸਾਫ਼ ਕਰਵਾਉਣੀ ਪੈਗੀ। ਠੀਕ ਹੈ, ਇੱਕ ਸਫਾਈ ਦਾ ਹੋਏਗਾ, ਸਫਾਈ ਬਲੇਡ ਮਰਵਾ ਕੇ ਟਰੈਕਟਰ ਨਾਲ, ਅਤੇ ਫਿਰ ਇੱਥੇ ਪਾਣੀ ਦਾ ਜਗ੍ਹਾ ਉਸ ਤਰਫ ਕਰਨ ਵਾਸਤੇ ਪਰ ਮਿੱਟੀ ਸਟਾਣੀ ਪੈ, ਹਾਂ ਲੈਵਲ ਉਦੋਂ ਨਹੀਂ ਯਾਨੀ ਕਿ ਲੈਵਲ ਕਰਨ ਵਾਸਤੇ। ਠੀਕ ਹੈ, ਉਹ 4-5 ਟਰਾਲੇ ਤਕਰੀਬਨ ਸਾਰੇ ਲੱਗ ਜਾਣਗੇ, ਉਹ ਵੀ ਠੀਕ ਹੋ ਗਿਆ। ਤੇ ਪਾਈਪ ਵਗੈਰਾ ਕੋਈ ਪਾਣਾ ਪਏਗਾ ਨਾਲ? ਪਾਈਪ ਨਹੀਂ, ਵੈਸੇ ਬਲਵਾਨ ਉਧਰ ਦੀ ਕਰ, ਮਤਲਬ ਪੌਦਿਆਂ ਨੂੰ ਮੁਸਲਸਲ ਪਾਣੀ ਨਹੀਂ ਨਾ ਚਾਹੀਦਾ, ਮੁਸਲਸਲ ਲੱਗਣਾ ਵੀ ਨਹੀਂ ਚਾਹੀਦਾ, ਸੜ ਜਾਣਗੇ। ਦੂਸਰੀ ਤਰਫ ਹੈ ਨਾ, ਹਾਂ ਪਾਣੀ ਜ਼ਾਇਆ ਹੋ ਉਧਰ ਕਰ, ਮਤਲਬ ਥੋੜਾ ਜਿਹਾ ਹੁੰਦਾ ਰੁਝਾਨ ਰੱਖ ਕੇ ਐਵਰੇਜ। ਠੀਕ ਹੈ ਜੀ, ਪਹਿਲੇ ਵੀ ਜ਼ਾਇਆ ਹੋ ਰਿਹਾ ਨਾ ਤੇ ਉਧਰ ਜ਼ਾਇਆ ਕਰ ਦਾਂਗੇ ਪਾਣੀ। ਠੀਕ ਹੈ, ਜ਼ਾਇਆ ਵੀ ਨਾਲ ਹੀ ਹੋ, ਪਾਣੀ ਇੱਧਰ ਕਰ ਦਿੱਤਾ ਜਿੰਨੀ ਜ਼ਰੂਰਤ ਹੋ। ਠੀਕ ਹੋ ਗਿਆ, ਮਤਲਬ ਇੱਥੋਂ ਸਿਰਫ ਸਵੇਰ ਦੇ ਟਾਈਮ 'ਤੇ ਜਿਹੜਾ ਬੰਦਾ ਆਏ, ਫਜਰ ਦੇ ਟਾਈਮ 'ਤੇ ਆਏ, ਉਹ ਪਾਣੀ ਛੱਡ ਦੇ ਇੱਧਰ, ਜਾਂ ਉੱਥੇ ਮਸਜਿਦ ਦੇ ਵਿੱਚ ਅੰਦਰਲੀ ਸਾਈਡ 'ਤੇ ਕੋਈ ਇੰਜ ਦਾ ਸੈਟਅਪ ਲਾ ਦਈਏ ਕਿ ਦੋਵਾਂ ਸਾਈਡਾਂ ਤੋਂ ਇੱਕ ਪਾਸੇ ਨੂੰ ਜਿੱਦਣ ਵੀ ਕਰਨਾ ਹੋਏ ਪਾਣੀ, ਉੱਥੋਂ ਸਿਰਫ ਇੱਕ ਵਾਲ ਇੱਧਰ ਕੀਤਿਆਂ ਜਾਂ ਇਵੇਂ ਦਾ ਕੋਈ ਸੈਟਅਪ ਬਣ ਜਾਏ, ਅਤੇ ਫਿਰ ਜਿਹੜਾ ਨਾ ਉਹ ਫਜਰ ਦੇ ਟਾਈਮ ਤੋਂ ਪਾਣੀ ਲੱਗ ਜਾਏ ਕੋਈ 2 ਘੰਟੇ, ਜਾਂ ਤੱਜਾ ਟਾਈਮ ਆ ਕੇ ਅੱਬਾ ਜੀ ਆ ਕੇ ਲਾ ਦਿੰਦੇ ਨੇ, ਬਾਬਾ ਜੀ ਅੱਬਾ ਬਾਸ, ਅਤੇ ਇਸ ਤਰੀਕੇ ਦਾ ਕੋਈ ਸੈਟਅਪ ਬਣ ਜਾਏ ਫਿਰ ਜ਼ਬਰਦਸਤ ਹੋ ਜਾਏਗਾ। ਚਲੋ ਇਨਸ਼ਾਅੱਲਾ ਤਾਲਾ, ਅਤੇ ਕਦੋਂ ਕਰਨਾ ਚਾਹੀਏ? 15 ਜੁਲਾਈ ਤੋਂ ਬਾਅਦ, 15 ਜੁਲਾਈ ਤੋਂ ਲੈ ਕੇ 15 ਅਗਸਤ ਤੱਕ। ਇਨਸ਼ਾਅੱਲਾ, ਚਲੋ ਜੀ, ਖੁਸ਼ ਰਹੋ।